ਬਹੁਤ ਸਾਰੀਆਂ ਇਨਕੁਆਰੀਆਂ ਆਉਂਦੀਆਂ ਜੀ, ਅਸੀਂ ਆਪਣੇ ਬੱਚੇ ਦਾ ਸਕੂਲਿੰਗ ਵੀਜ਼ਾ ਅਪਲਾਈ ਕਰਨਾ ਕੈਨੇਡਾ ਵਿੱਚ, ਜਿਹ 'ਚ ਮਾਂ ਬਾਪ ਬੱਚੇ ਦੇ ਨਾਲ ਜਾ ਸਕਣਗੇ। ਕੋਈ GIC ਦੀ ਰਿਕੁਆਇਰਮੈਂਟ ਨਹੀਂ ਹੁੰਦੀ ਜੀ ਉਹਦੇ ਵਿੱਚ। ਬਹੁਤ ਸਾਰੀਆਂ ਦਿੱਕਤਾਂ ਜਿਹੜੀਆਂ ਬੱਚਿਆਂ ਨੂੰ ਆਮ ਤੌਰ 'ਤੇ ਪਲੱਸ ਟੂ ਤੋਂ ਬਾਅਦ ਅਪਲਾਈ ਕਰਨ ਲੱਗੀਆਂ ਹੁੰਦੀਆਂ ਉਹ ਘੱਟ ਜਾਂਦੀਆਂ। ਤਾਂ ਦੋਸਤੋ ਮੈਂ ਦੱਸਣਾ ਚਾਹੂੰਗਾ, ULO ਐਜੂਕੇਸ਼ਨ ਵਿੱਚ ਆ ਕੇ ਤੁਸੀਂ ਹੁਣ ਸਕੂਲਿੰਗ ਵੀਜ਼ਾ ਵੀ ਅਪਲਾਈ ਕਰ ਸਕਦੇ ਆ। ਜੇ ਤੁਹਾਡੇ ਬੱਚੇ ਦੀ 8th ਕੀਤੀ ਆ ਜਾਂ 10th ਕੀਤੀ ਆ, ਤੁਸੀਂ ਆਪਣਾ ਸਕੂਲਿੰਗ ਵੀਜ਼ਾ ਦੀ ਕੰਸਲਟੇਸ਼ਨ ਸਾਡੇ ਤੋਂ ਲੈ ਸਕਦੇ ਹੋ। ਨੰਬਰ ਨੀਚੇ 7599 7999 7999। ਸਕੂਲਿੰਗ ਵੀਜ਼ਾ ਬਾਰੇ ਜਾਂ ਆਪਣੇ ਪਲੱਸ ਟੂ ਤੋਂ ਬਾਅਦ ਵੀ ਅਗਰ ਵੀਜ਼ਾ ਅਪਲਾਈ ਕਰਨ ਉਹਦੇ ਲਈ ਅਪੁਆਇੰਟਮੈਂਟ ਬੁੱਕ ਕਰਨ ਵਾਸਤੇ ਮੈਨੂੰ ਪਰਸਨਲੀ ਮਿਲਣ ਵਾਸਤੇ, ਇਸੇ ਨੰਬਰ 'ਤੇ ਤੁਸੀਂ ਕਾਲ ਕਰ ਸਕਦੇ ਹੋ ਅਤੇ ਆਪਣੀ ਸੀਟ ਰਿਜ਼ਰਵ ਕਰਾ ਸਕਦੇ ਹੋ ਅਗਲੀਆਂ ਆਉਣ ਵਾਲੀਆਂ ਅਪੁਆਇੰਟਮੈਂਟਸ ਲਈ। ਦੋਸਤੋ ਮੈਂ ਦੱਸਣਾ ਚਾਹੂੰਗਾ, ਸਕੂਲਿੰਗ ਵੀਜ਼ਾ ਬਹੁਤ ਇੱਕ ਬੈਨੀਫਿਸ਼ੀਅਲ ਪ੍ਰੋਗਰਾਮ ਆ ਜਿੱਥੇ ਮਾਂ ਬਾਪ ਬੱਚੇ ਦੇ ਨਾਲ ਜਾਂਦੇ ਆ। GIC ਦੀ ਰਿਕੁਆਇਰਮੈਂਟ ਘੱਟ ਹੁੰਦੀ ਆ, ਹੁੰਦੀ ਹੋਈ ਨਹੀਂ GIC ਦੀ ਰਿਕੁਆਇਰਮੈਂਟ, ਸਭ ਤੋਂ ਵੱਡੀ ਗੱਲ ਆ। ਫੰਡਸ ਜ਼ਰੂਰ ਰਿਕੁਆਇਰਡ ਹੁੰਦੇ ਆ, ਉਹ ਵੀ ਜੈਨੂਇਨ ਹੋਣੇ ਚਾਹੀਦੇ ਆ। ਤਾਂ ਉਹਦੇ ਬਾਰੇ ਡੀਟੇਲ 'ਚ ਡਿਸਕਸ ਕਰਨ ਵਾਸਤੇ ਆਪਾਂ ਬੈਠਦੇ ਹਾਂ। ਆਓ ULO ਐਜੂਕੇਸ਼ਨ ਵਿਚਾਰੀਏ, ਤੁਹਾਡੀ ਐਪਲੀਕੇਸ਼ਨ ਨੂੰ ਤੁਹਾਡੇ ਬੱਚੇ ਨੂੰ ਕੈਨੇਡਾ ਭੇਜੀਏ ਔਨ ਸਕੂਲਿੰਗ ਵੀਜ਼ਾ।